ਅੱਛਾ ਵੀਰੋ, ਜਿਹੜੇ ਮੇਰੇ ਭੈਣ ਭਾਈ ਭਾਰਤ ਤੋਂ ਜਿਹੜੇ ਵਿਦੇਸ਼ਾਂ ਦਾ ਰੁਖ ਕਰਦੇ ਆ, ਤੇ ਦੇਖੋ ਜੀ, ਵੀਡੀਓ ਹਰ ਤਰ੍ਹਾਂ ਦੀ ਚੱਲਦੀ ਆ, ਪੋਜ਼ਿਟਿਵ ਨੈਗੇਟਿਵ ਹਰ ਤਰ੍ਹਾਂ ਦੇ ਜਿਹੜੇ ਸੁਜੈਸ਼ਨ ਜਿਹੜਾ ਬੰਦਾ ਉਹ ਦਿੰਦਾ ਆ। ਸੋ ਅੱਜ ਦੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਨੀ ਆ ਕਿ ਤੁਹਾਨੂੰ ਜਿਹੜਾ ਨਾ ਉਹ ਸਹੀ ਗੱਲ ਦੱਸੀ ਜਾਵੇ। ਵੀਰੋ ਦੇਖੋ, ਜਿਹਦੇ ਕੋਲ ਤਾਂ ਇੰਡੀਆ ਦੇ ਵਿੱਚ 4 ਪੈਸੇ ਆ, ਤੇ ਉਹ ਸੋਚ ਰਿਹਾ ਆ ਕਿ ਮੈਨੂੰ ਜੀ ਕੁਆਲਿਟੀ ਆਫ ਲਾਈਫ ਜਿਹੜੀ ਉਹ ਵਿਦੇਸ਼ਾਂ ਦੇ ਵਿੱਚ ਮਿਲ ਜੂਗੀ, ਤੇ ਇਹ ਤਾਂ ਜੀ ਅੱਜ ਕੱਲ੍ਹ ਹੈਗਾ ਆ ਝੂਠ। ਕੁਆਲਿਟੀ ਆਫ ਲਾਈਫ ਤਾਂ ਜਿਹੜੀ ਉਹ ਤੁਹਾਨੂੰ ਅੱਜ ਕੱਲ੍ਹ ਭਾਰਤ ਦੇ ਵਿੱਚ ਮਿਲਦੀ ਆ, ਉਹ ਵੀ ਪਿੰਡਾਂ ਦੇ ਵਿੱਚ। ਅੱਜ ਕੱਲ੍ਹ ਵਿਦੇਸ਼ਾਂ ਦੇ ਵਿੱਚ ਮਹਿੰਗਾਈ ਚਲੋ ਵਧੀ ਆ, ਚਲੋ ਆਮਦਨ ਜਿਹਨੂੰ ਹੈਗੀ ਆ ਨਹੀਂ ਹੈਗੀ ਉਹ ਇੱਕ ਹੋਰ ਮੁੱਦਾ ਆ, ਕੰਮ ਮਿਲਣਾ ਨਹੀਂ ਮਿਲਣਾ ਉਹ ਇੱਕ ਹੋਰ ਮੁੱਦਾ ਆ, ਲੇਕਿਨ ਪੈਸੇ ਹੁੰਦੇ ਹੋਏ ਵੀ ਜਿਹੜਾ ਇੱਥੇ ਇੰਨੀ ਸਟ੍ਰੈਸਫੁਲ ਲਾਈਫ ਆ, ਤੁਹਾਡਾ ਕੋਈ ਕੁਆਲਿਟੀ ਆਫ ਲਾਈਫ ਨਹੀਂ ਹੈਗਾ। ਤੁਹਾਡਾ ਕੋਈ ਤੁਸੀਂ ਕਹਿ ਲਓ ਕਿ ਹੁਣ ਜੇ ਤੁਸੀਂ 6-6 ਘੰਟੇ 8-8 ਘੰਟੇ ਟ੍ਰੈਫਿਕ ਜਾਮਾਂ ਦੇ ਵਿੱਚ ਹੀ ਫਸੇ ਰਹਿਣਾ ਆ, ਜੇ ਤੁਸੀਂ ਚੰਗਾ ਖਾਣਾ ਹੀ ਨਹੀਂ, ਜੇ ਤੁਸੀਂ ਟਾਈਮ ਸਿਰ ਰੋਟੀ ਨਹੀਂ ਖਾਣੀ, ਜਦੋਂ ਤੁਸੀਂ ਦੇਖ ਰਹੇ ਹਾਂ ਕਿ ਤੁਹਾਨੂੰ ਨੀਂਦ ਹੀ ਨਹੀਂ ਆ ਰਹੀ। ਸੋ ਵੀਰੋ, ਇਹ ਚੀਜ਼ਾਂ ਦੇ ਨਾਲ ਚਾਹੇ ਤੁਸੀਂ ਮੰਨ ਲਓ ਕਿ 1 ਕਰੋੜ ਰੁਪਈਆ ਇਕੱਠਾ ਵੀ ਕਰ ਲਿਆ, ਇਹ ਉਹਨਾਂ ਲਈ ਆ ਜਿਨ੍ਹਾਂ ਕੋਲ ਪੈਸੇ ਇੰਡੀਆ ਦੇ ਵਿੱਚ ਹੈਗੇ ਆ। ਜੇ ਮੰਨ ਲਓ 1 ਕਰੋੜ ਰੁਪਈਆ ਇਕੱਠਾ ਵੀ ਕਰ ਲਿਆ, ਤਾਂ ਨਾਲ ਤੁਸੀਂ 1 ਕਰੋੜ ਬਿਮਾਰੀਆਂ ਵੀ ਤਾਂ ਲੈ ਕੇ ਜਾਓਗੇ, ਤੇ ਇਸੇ ਕਰਕੇ ਕੋਸ਼ਿਸ਼ ਕਰੋ ਜੇ ਤੁਹਾਡੇ ਕੋਲ ਭਾਰਤ ਦੇ ਵਿੱਚ ਪੈਸਾ ਆ, ਤੇ ਉੱਥੇ ਕੋਈ ਆਪਣਾ ਵਧੀਆ ਕੰਮ ਦੇ ਨਾਲ ਨਾਲ ਕੋਈ ਪਿੰਡ ਦੇ ਵਿੱਚ ਘਰ ਬਣਾਓ, ਆਰਾਮ ਦੇ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰੋ। ਬਾਹਰ ਵੀਰੋ ਤਾਂ ਕਰਕੇ ਲੋਕਾਂ ਦੀਆਂ ਇੰਨੀਆਂ ਇੰਨੀਆਂ ਉਮਰਾਂ ਸੀ, ਸਟ੍ਰੈਸ ਨਹੀਂ ਸੀਗਾ। ਹੁਣ ਅਸੀਂ ਇੱਥੇ ਦਿਹਾੜੀਆਂ ਕਰਦੇ ਹਾਂ, ਜਾਂ ਲੇਬਰ ਦਾ ਕੰਮ ਕਰਦੇ, ਜਾਂ ਦਫ਼ਤਰਾਂ 'ਚ ਵੀ ਜਿਹੜੇ ਕੰਮ ਕਰਦੇ ਆ, ਕਿੱਥੋਂ ਉਹਨਾਂ ਦੀਆਂ ਉਮਰਾਂ ਹੋ ਜਾਣਗੀਆਂ ਜਦੋਂ ਤੁਸੀਂ ਰਹਿਣਾ ਹੀ ਹਰ ਵੇਲੇ ਟੈਨਸ਼ਨ 'ਚ ਆ। ਤੁਸੀਂ ਦੇਖੋ ਬੱਚੇ ਨਹੀਂ ਹੁੰਦੇ, ਤੁਸੀਂ ਦੇਖੋ ਹੋਰ ਕਿੰਨੇ ਯੰਗ ਯੰਗ ਬੱਚਿਆਂ ਨੂੰ ਹਾਰਟ ਅਟੈਕ ਹੋ ਜਾਂਦੇ, ਹੋਰ ਬਹੁਤ ਸਾਰੀਆਂ ਪ੍ਰੋਬਲਮਾਂ। ਇਹ ਕੋਈ ਇਹ ਨਹੀਂ ਹੈਗਾ ਕਿ ਇੱਥੇ ਜੀ ਕੋਈ ਇੱਦਾਂ ਦੀ ਟੈਨਸ਼ਨ ਪੈ ਜਾਂਦੀ ਆ, ਸਟ੍ਰੈਸ ਸਟ੍ਰੈਸ ਇੰਨਾ ਜ਼ਿਆਦਾ ਆ, ਸਵੇਰ ਤੋਂ ਲੈ ਕੇ ਜਦ ਤੱਕ ਬੰਦਾ ਸੌਂਦਾ ਨਹੀਂ, ਸੌਂਦਾ ਵੀ ਕਾਹਦਾ, ਸੌਂਦਾ ਵੀ ਟੈਨਸ਼ਨ 'ਚ ਹੀ ਆ। ਸੋ ਸਟ੍ਰੈਸ ਇੱਥੇ ਬਹੁਤ ਜ਼ਿਆਦਾ ਆ। ਅਤੇ ਭਾਈ ਬਾਕੀ ਜਿਹਨੇ ਆਉਣਾ ਆ ਉਹ ਆ ਜਾਓ, ਮੈਂ ਤਾਂ ਬਹੁਤ ਤਗੜਾ ਸਪੋਰਟਰ ਹਾਂ, ਬਾਹਰ ਆਓ। ਲੇਕਿਨ ਗਰੀਬ ਬੰਦੇ ਦੇ ਲਈ ਚਲੋ, ਗਰੀਬ ਬੰਦਾ ਤਾਂ ਸਮੱਸਿਆਵਾਂ ਦੇ ਨਾਲ ਜੂਝਦਾ ਹੀ ਰਹਿੰਦਾ ਆ, ਉਹਦੇ ਲਈ ਤਾਂ ਚੰਗਾ ਚਲੋ 4 ਪੈਸੇ ਬਣ ਜਾਂਦੇ, ਘਰ ਪਰਿਵਾਰ ਬਣ ਜਾਂਦਾ। ਲੇਕਿਨ ਜਿਹੜੇ ਬੰਦੇ ਕੋਲ ਪੈਸੇ ਆ ਭਾਈ, ਉਹ ਨਾ ਉਹ ਆਪਣੀ ਜ਼ਿੰਦਗੀ 'ਚ ਜਿਹੜੇ ਸੁੱਖ ਦੇ ਸਾਹ ਲੈਣੇ ਆ, ਉਹ ਉੱਥੇ ਰਹਿ ਕੇ ਕਿਤੇ ਤੁਸੀਂ ਬੈਂਕ 'ਚ ਪੈਸੇ ਲਾ ਦਿਓ, ਕੋਈ ਕੰਮ ਕਰ ਲਓ। ਜੇ ਤੁਸੀਂ 60-70-50 ਹਜ਼ਾਰ ਦਾ ਜੁਗਾੜ ਕਰ ਸਕਦੇ ਆ, ਤੇ ਫਿਰ ਭਾਈ ਇੱਥੇ 8-8 ਘੰਟੇ ਟ੍ਰੈਫਿਕ ਜੈਮਾਂ 'ਚ, ਇਸ ਤੋਂ ਬਾਅਦ ਸਵੇਰ ਤੋਂ ਲੈ ਕੇ ਸ਼ਾਮ ਤੱਕ ਟੈਨਸ਼ਨਾਂ 'ਚ, ਟ੍ਰੇਨਾਂ 'ਚ ਧੱਕੇ ਖਾਣ ਤੋਂ, ਮਕਾਨਾਂ ਦੀਆਂ ਕਿਸ਼ਤਾਂ ਤੋਂ, ਹੈ ਫਿਰ ਉਸ ਤੋਂ ਬਾਅਦ ਖਾਣੇ ਦਾ ਕੋਈ ਟਾਈਮ ਟੇਬਲ ਨਹੀਂ ਆ, ਉਸ ਤੋਂ ਬਾਅਦ ਬੱਚਿਆਂ ਦੀ ਟੈਨਸ਼ਨ, ਉਹ ਤੁਹਾਡੇ ਨਹੀਂ, ਤੁਸੀਂ ਸਾਰੀ ਉਮਰ ਉਹਨਾਂ ਨੂੰ ਪੜ੍ਹਾਈ ਲਿਖਾਈ ਜਾਂਦੇ ਆ, ਤੇ ਇੱਥੇ ਤਾਂ ਉਹ ਕਲਚਰ ਅਡੋਪਟ ਕਰ ਲੈਂਦੇ। ਸੋ ਇਹਨਾਂ ਚੀਜ਼ਾਂ ਤੋਂ ਬਚੋ। ਬਾਕੀ ਜਿੱਦਾਂ ਜਿਹਨੂੰ ਚੰਗਾ ਲੱਗਦਾ ਕਰੀ ਜਾਓ, ਖੁਸ਼ ਰਹੋ ਤੇ ਜ਼ਿੰਦਾਬਾਦ ਰਹੋ।